ਜੀ ਆਪਣੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦੇ ਸਦਕਾ ਸੀ ਇਸ ਜਹਾਨ ਵਿੱਚ ਅੱਜ, ਜਿਨ੍ਹਾਂ ਨੇ ਆਪਣਾ ਸਾਰਾ ਸਰਬੰਸ ਔਰ ਆਪਣੀ ਜਾਨ ਤੋਂ ਪਿਆਰੇ ਸਿੱਖ ਵਾਰ ਕੇ ਇਸ ਜਿਹੜੀ ਪੰਥ ਦੀ ਨੀਂਹ ਪੱਕੀ ਕੀਤੀ। ਅੱਜ ਉਹ ਸ਼ਹਾਦਤ ਦੇ ਦਿਨ ਚੜ੍ਹਦੇ ਹੈ, ਜਿੱਥੇ ਸਾਡੇ ਲਈ ਬਹੁਤ ਮਾਣ ਵਾਲੇ ਵੀ ਹੈ, ਵਿਰਾਗਮਈ ਵੀ ਹੈ। ਅਸੀਂ ਸਾਰੇ ਲੋਕ ਆਪਣੀ ਔਲਾਦ ਦੇ ਲਈ ਜਿਉਂਦੇ ਹਾਂ, ਪਰ ਗੁਰੂ ਸਾਹਿਬ ਨੇ ਆਪਣਾ ਸਾਰਾ ਪਰਿਵਾਰ ਇਸ ਪੰਥ ਦੇ ਲੇਖੇ, ਇਸ ਪੰਥ ਨੂੰ ਜਿਉਂਦਾ ਰੱਖਣ ਲਈ ਲਾਇਆ, ਉਹਨਾਂ ਨੂੰ ਨਮਸਕਾਰ ਕਰਨ ਲਈ ਇੱਥੇ ਸਿਰ ਨਵਾਉਣ ਲਈ ਚਮਕੌਰ ਸਾਹਿਬ ਸਾਡੇ ਇਤਿਹਾਸ ਦਾ, ਸਾਡੇ ਸ਼ਹੀਦੀਆਂ ਦਾ ਬਹੁਤ ਵੱਡਾ ਜਿਹੜਾ ਮੈਂ ਕਹਾਂ ਤੀਰਥ ਇਸ਼ਨਾਨ ਹੀ ਹੈ, ਉੱਥੇ ਸਿਰ ਝੁਕਾਉਣ ਲਈ ਆਇਆ। ਤੋ ਮੈਂ ਅੱਜ ਦੇ ਦਿਨ ਦੀ ਜਿੱਥੇ ਸਾਡੇ ਪੰਥ ਲਈ, ਸਾਡੇ ਲਈ ਇੱਕ ਬੜਾ ਵੱਡਾ ਪ੍ਰੇਰਨਾ ਸਰੋਤ ਵੀ ਹੈ ਕਿ ਸਾਡੇ ਲਈ ਸਾਡੇ ਗੁਰੂ ਸਾਹਿਬਾਨ ਨੇ ਆਪ ਕਰਕੇ ਵਿਖਾਇਆ ਤਾਂ ਸਾਨੂੰ ਇਹ ਸੱਚਦਾਰਾ। ਵੇਖੋ ਜੀ ਆਪਣੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦੇ ਸਦਕਾ ਸੀ ਇਸ ਜਹਾਨ ਵਿੱਚ, ਅੱਜ ਜਿਨ੍ਹਾਂ ਨੇ ਆਪਣਾ ਸਾਰਾ ਸਰਬੰਸ ਔਰ ਆਪਣੀ ਜਾਨ ਤੋਂ ਪਿਆਰੇ ਸਿੱਖ ਵਾਰ ਕੇ ਇਸ ਜਿਹੜੀ ਪੰਥ ਦੀ ਨੀਂਹ ਪੱਕੀ ਕੀਤੀ। ਅੱਜ ਉਹ ਸ਼ਹਾਦਤ ਦੇ ਦਿਨ ਚੜ੍ਹਦੇ ਹੈ, ਜਿੱਥੇ ਸਾਡੇ ਲਈ ਬਹੁਤ ਮਾਣ ਵਾਲੇ ਵੀ ਹੈ, ਵਿਰਾਗਮਈ ਵੀ ਹੈ। ਅਸੀਂ ਸਾਰੇ ਲੋਕ ਆਪਣੀ ਔਲਾਦ ਦੇ ਲਈ ਜਿਉਂਦੇ ਹਾਂ, ਪਰ ਗੁਰੂ ਸਾਹਿਬ ਨੇ ਆਪਣਾ ਸਾਰਾ ਪਰਿਵਾਰ ਇਸ ਪੰਥ ਦੇ ਲੇਖੇ, ਇਸ ਪੰਥ ਨੂੰ ਜਿਉਂਦਾ ਰੱਖਣ ਲਈ ਲਾਇਆ, ਉਹਨਾਂ ਨੂੰ ਨਮਸਕਾਰ ਕਰਨ ਲਈ ਇੱਥੇ ਸਿਰ ਨਵਾਉਣ ਲਈ ਚਮਕੌਰ ਸਾਹਿਬ ਸਾਡੇ ਇਤਿਹਾਸ ਦਾ, ਸਾਡੇ ਸ਼ਹੀਦੀਆਂ ਦਾ ਬਹੁਤ ਵੱਡਾ ਜਿਹੜਾ ਮੈਂ ਕਹਾਂ ਤੀਰਥ ਇਸ਼ਨਾਨ ਹੀ ਹੈ, ਉੱਥੇ ਸਿਰ ਝੁਕਾਉਣ ਲਈ ਆਇਆ। ਤੋ ਮੈਂ ਅੱਜ ਦੇ ਦਿਨ ਦੀ ਜਿੱਥੇ ਸਾਡੇ ਪੰਥ ਲਈ, ਸਾਡੇ ਲਈ ਇੱਕ ਬੜਾ ਵੱਡਾ ਪ੍ਰੇਰਨਾ ਸਰੋਤ ਵੀ ਹੈ ਕਿ ਸਾਡੇ ਲਈ ਸਾਡੇ ਗੁਰੂ ਸਾਹਿਬਾਨ ਨੇ ਆਪ ਕਰਕੇ ਵਿਖਾਇਆ ਤਾਂ ਸਾਨੂੰ ਇਹ ਸੱਚਦਾਰਾ।